ਕਿਉਂਕਿ ਬੀਜੇਪੀ ਲੋਕਤੰਤਰ ਦੀ ਕਾਤਲ ਜਮਾਤ ਆ ਡੈਮੋਕ੍ਰੇਸੀ ਦਾ ਮਰਡਰ ਕਰ ਰਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਬੀਜੇਪੀ ਦੇਸ਼ ਦੇ ਲੋਕਤੰਤਰ ਦੇ ਲਈ ਡੈਮੋਕ੍ਰੇਸੀ ਦੇ ਲਈ ਅੱਜ ਖਤਰਾ ਬੜੇ ਹੋਏ ਨਗੇ ਲਗਾਤਾਰ ਸੂਬਿਆਂ ਦੇ ਵਿੱਚ ਵਧਾਇਕਾਂ ਦੀ ਖਰੀਦੋ-ਫਰੋਖਤ ਸ਼ੁਰੂ ਹੋ ਚੁੱਕੀ ਆ ਲਗਾਤਾਰ ਵਧਾਇਕਾਂ ਨੂੰ ਡਰਾ ਕੇ ਧਮਕਾ ਕੇ ਈਡੀ ਦੀ ਰੇਡ ਦੇ ਰਾਹੀ ਸੀਵੀਆਈ ਦੀ ਰੇਡ ਦੇ ਰਾਹੀ ਵੱਖ-ਵੱਖ ਕੇਂਦਰ ਦੀਆਂ ਏਜੰਸੀਆਂ ਦੇ ਰਾਹੀ ਡਰਾ ਕੇ ਜਿਹੜਾ ਹੈਗਾ ਉਹਨਾਂ ਨੂੰ ਬੀਜੇਪੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਇਹ ਆਪਰੇਸ਼ਨ ਲੋਟਸ ਦੇਸ਼ ਦੇ ਬਖਬਖ ਇਸਤਿਆਂ ਦੇ ਵਿੱਚ ਦੇਸ਼ ਦੇ ਬਖਬਖ ਰਾਜਾਂ ਦੇ ਵਿੱਚ ਬੀਜੇਪੀ ਦਾ ਕਾਮਯਾਬ ਆਪਰੇਸ਼ਨ ਰਿਹਾ ਪਰ ਲੇਕਨ ਜਦੋਂ ਬੀਜੇਪੀ ਨੇ ਜਦੋਂ ਬੀਜੇਪੀ ਨੇ ਇਸ ਆਪਰੇਸ਼ਨ ਲੋਟਸ ਦੇ ਰਾਹੀਂ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ਹਰਵਿੰਦ ਕੇਜਰੀਵਾੜ ਜੀ ਦੇ ਛਪਾਇਆਂ ਤੇ ਹਮਲਾ ਕੀਤਾ ਮਾਨ ਜੋ ਗੁਬਕ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਛਪਾਇਆਂ ਤੇ ਹਮਲਾ ਕੀਤਾ ਤੇ ਸਾਥੀਆਂ ਤੇ ਹਮਲਾ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਮੂੰ ਤੋੜ ਜਵਾਬ ਇਸ ਅਪਰੋਚਲ ਲੋਟਸ ਨੂੰ ਦਿੱਤਾ ਆਪਰੇਸ਼ਨ ਲੋਟਸ ਨੂੰ ਪਹਿਲੀ ਵਾਰ ਦਿੱਲੀ ਦੇ ਵਿੱਚ ਤਹਸਨਾਸ ਕੀਤਾ ਗਿਆ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਯਾਂ ਨੂੰ ਤੋੜਿਆ ਪਹਿਲੀ ਵਾਰ ਦੇਸ਼ ਦੇ ਵਿੱਚ ਜੇਕਰ ਘੇਰਿਆ ਤਾਂ ਆਮ ਆਦਮੀ ਪਾਰਟੀ ਦੇ ਘੇਰਿਆ ਪਹਿਲਾ ਆਪਰੇਸ਼ਨ ਲੋਟਸ ਫੇਲ ਹੋਇਆ ਤਾਂ ਉਹ ਦਿੱਲੀ ਦੇ ਵਿੱਚ ਹੋਇਆ ਔਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਬੀਜੇਪੀ ਨੇ ਇਸ ਆਪਰੇਸ਼ਨ ਨੂੰ ਪੰਜਾਬ ਚ ਲੈ ਕੇ ਗਏ ਪੰਜਾਬ ਚ ਸਾਡੇ ਬਹੁਤ ਸਾਰੇ ਵਿਧਾਇਕ ਜਿਹੜੇ ਆਏ ਨੇ ਜਿਹੜੇ ਸਾਹਮਣੇ ਬੈਠੇ ਨੇਗੇ ਉਹਨਾਂ ਵਿਧਾਇਕਾਂ ਦੇ ਉੱਤੇ ਆਪਰੇਸ਼ਨ ਲੋਟਸ ਨੂੰ ਅੰਜਾਮ ਦੇਣ ਦਾ ਯਤਨ ਭਾਜਪੀ ਨੇ ਕੀਤਾ ਸਾਡੇ ਲਗਭਗ 10 ਵਿਧਾਇਕਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਹੀ ਡਰਾ ਕੇ ਧਮਕਾ ਕੇ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਖਰੀਦ ਲਿਆ ਜਾਵੇ ਔਰ 25-25 ਕਰੋੜ ਰੁਪਇਆ 25-25 ਕਰੋੜ ਰੁਪਇਆ ਦੇ ਕੇ ਬੀਜੇਪੀ ਨੇ ਆਫਰ ਕੀਤਾ ਗਿਆ ਕਿ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਸ਼ਾਮਿਲ ਹੋ ਜਾਓ ਪਰ ਲੇਕਿਨ ਪ੍ਰੋਸਲ ਲੋਟਸ ਪੰਜਾਬ ਵਿੱਚ ਵੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਬੁਰੀ ਤਰ੍ਹਾਂ ਫੇਲ ਰਿਹਾ ਔਰ ਬੁਰੀ ਤਰ੍ਹਾਂ ਫਲਾਪ ਰਿਹਾ ਔਰ ਮੈਂ ਸਭ ਮੰਦਾਂ ਮੈਂ ਦੀ ਵਧਾਈ ਦੇਣੀ ਚਾਹਣਾ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਨੂੰ ਫੇਲ ਕੀਤਾ ਮੈਂ ਸਾਰੇ ਜਿੰਨੇ ਵੀ ਪ੍ਰਤਿਂਦਰ ਆਏ ਨੇ ਉਹਨਾਂ ਨੂੰ ਦੱਸਣਾ ਚਾਹਣਾਗਾ ਇਸ ਆਪਰੇਸ਼ਨ ਨੂੰ ਫੇਲ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਕੰਪਲੇਂਟ ਇੱਕ ਅਰਜੀ ਪੰਜਾਬ ਪੁਲਿਸ ਨੂੰ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਨੂੰ ਦਿੱਤੀ ਔਰ ਉਸ ਦੇ ਤਹਿਤ ਇੱਕ ਮਕਦਮਾ ਆਪਰੇਸ਼ਨ ਲੋਟਸ ਕਰਨ ਵਾਲੇ ਦੇ ਖਿਲਾਫ ਮਹਾਲੀ ਦੇ ਵਿੱਚ ਦਰਜ ਹੋ ਚੁੱਕਿਆ ਹੈ ਔਰ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਨੂੰ ਕਰਨ ਦਾ ਯਤਨ ਕੀਤਾ ਉਹਨਾਂ ਲੋਕਾਂ ਨੂੰ ਦੇਸ਼ ਦੇ ਲੋਕਾਂ ਦੇ ਸਾਹਮਣੇ ਬੜੀ ਜਲਦੀ ਲੰਗਾ ਕਰਾਂਗੇ ਉਹਨਾਂ ਭ੍ਰਿਸ਼ਟਾਚਾਰੀਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਤੋੜਨ ਦਾ ਯਤਨ ਕੀਤਾ ਉਹਨਾਂ ਨੂੰ ਲੋਕਾਂ ਚ ਲੰਗੇ ਕਰਾਂਗੇ ਕਿਉਂਕਿ ਬੀਜੇਪੀ ਕੋ ਜਮਾਤ ਆ ਜਿਹੜੀ ਲੋਕਾਂ ਦੇ ਵਿਸ਼ਵਾਸ ਨੂੰ ਤੋੜਦੀ ਆ ਭਾਰਤ ਦੇ ਲੋਕ ਪੰਜਾਬ ਦੇ ਲੋਕ ਦਿੱਲੀ ਦੇ ਲੋਕ ਵੱਖ-ਵੱਖ ਸੂਬਿਆਂ ਦੇ ਲੋਕ ਲੋਕਤੰਤਰ 'ਚ ਵਿਸ਼ਵਾਸ ਰੱਖਦੇ ਨੇਗੇ ਡੈਮੋਕ੍ਰੇਸੀ 'ਤੇ ਵਿਸ਼ਵਾਸ ਰੱਖਦੇ ਨੇਗੇ ਡੈਮੋਕ੍ਰੇਸੀ ਦਾ ਦਿਨ ਦਿਹਾੜੇ ਮਰਡਰ ਡੈਮੋਕ੍ਰੇਸੀ ਦਾ ਦਿਨ ਦਿਹਾੜੇ ਕਤਲ ਭਾਜਪੀ ਕਰ ਦਿਆ ਪਰ ਲੇਕਿਨ ਸਾਡੀ ਦੋ ਸੂਬਿਆਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਸਰਕਾਰ ਆ ਔਰ ਦੋਨਾਂ ਸੂਬਿਆਂ ਨੇ ਆਪਰੇਸ਼ਨ ਲੋਟਸ ਨੂੰ ਬੁਰੀ ਤਰ੍ਹਾਂ ਫੇਲ ਕੀਤਾ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹਨਾਗਾ ਕਿ ਸੀਵੀਆਈ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ ਇਨਫੋਰਸਮੈਂਟ ਡਾਇਰੈਕਟੋਰੇਟ ईडी ਲਗਾਤਾਰ ਦੇਸ਼ ਦੇ ਚੁਣੇ ਹੋਏ ਚੁਣੇ ਹੋਏ ਨਮਾਇੰਦਿਆਂ ਤੇ ਹਮਲਾ ਕਰ ਰਹੀ ਆ ਤੁਹਾਨੂੰ ਪਤਾ ਸਾਡੇ ਦਿੱਲੀ ਤੋਂ ਉਹ ਮੁੱਖ ਮੰਤਰੀ ਮਨੀਸ਼ ਸ਼ੋਧਿਆ ਜੀ ਤੇ ਲਗਾਤਾਰ ईडी ਦੀ ਰੇਡ ਕੀਤੀ ਬਹੁਤ ਜਗ੍ਹਾ ਤੇ ਛਾਪੇ ਮਾਰੇ ਪਰ ਇੱਕ ਥੇਲਾ ਇੱਕ ਰੁਪਈਆ ਵੀ ਜੜਾਗਾ ਬਰਾਬਦਰੀ ਹੋਇਆਗਾ ਔਰ ਹੁਣ ਤੱਕ ਜਦੋਂ यूपीए दी सरकार थी जब डॉक्टर मनमोहन सिंह जी दी सरकार उस दो दो, तक, दे थी उस समय 2002 4 ਤੋਂ ਲੈ ਕੇ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਵਿੱਚ ਕੀੜੀ ਨੇ 112 ਜਗ੍ਹਾ ਦੇ ਉੱਤੇ 112 ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ ਔਰ ਜਦੋਂ ਦੀ एनडीए ਆਈ ਆ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਆ 201400 ਲੈ ਕੇ 2022 ਤੱਕ 3010 ਥਾਵਾਂ ਦੇ ਉੱਤੇ 8 ਸਾਲਾਂ ਦੇ ਵਿੱਚ ਇਹਦਾ ਪੀਰੀਅਡ ਆਫ 8 ਇਅਰ 3010 ਜਗ੍ਹਾ ਦੇ ਉੱਤੇ ਈਡੀ ਰੇਡ ਕਰ ਚੁੱਕੀ ਆ ਔਰ ਜਿਨ੍ਹਾਂ ਤੇ ਰੇਡ ਕਰਦੀ ਆ ਔਰ ਬਹੁਤ ਸਾਰਿਆਂ ਨੂੰ ਡਰਾ ਕੇ ਧਮਕਾ ਕੇ ਆਪਣੇ ਵਿੱਚ ਸ਼ਾਮਲ ਕਰਦੀ ਆ ਜਿਹੜੇ ਡਰਦੇ ਨਹੀਂ ਉਹਨਾਂ ਨੂੰ ਜੇਲ੍ਹ 'ਚ ਅੰਦਰ ਬੰਦ ਕਰਦੀ ਹੈ ਜਿਵੇਂ ਸਾਡੇ ਸਤਿੰਦਰ ਜੈਨ ਜੀ ਨੇ ਸੋ ਮੇਰਾ ਕਹਿਣ ਦਾ ਪਾਵਾ ਆਪਰੇਸ਼ਨ ਲੋਟਸ ਪਹਿਲਾਂ ਦਿੱਲੀ 'ਚ ਫੇਲ ਹੋਇਆ ਫਿਰ ਪੰਜਾਬ 'ਚ ਫੇਲ ਹੋਇਆ ਹੁਣ ਜਿਹੜੀ ED ਦੇ ਰਾਹੀਂ ਇਨਫੋਰਸਮੈਂਟ ਟਰੈਕਟੋਰਟ ਰਾਹੀਂ ਇਹ ਹਮਲੇ ਕਰ ਰਹੇ ਨੇ ਆਪਾਂ ਸਾਰਿਆਂ ਨੇ ਆਪਾਂ ਸਾਰਿਆਂ ਨੇ ਉਹਦਾ ਮਿਲ ਕੇ ਇਕੱਠੇ ਹੋ ਕੇ ਅਰਵਿੰਦ ਕੇਜਰੀਵਾੜ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮੂੰਹ ਤੋੜ ਜਵਾਬ ਦੇਣਾਗਾ ਆਪਰੇਸ਼ਨ ਲੋਟਸ ਜਿਹੜਾ ਹੈਗਾ ਉਹਨੂੰ ਹਰ ਜਗ੍ਹਾ ਤੇ ਫੇਲ ਕਰਨਾਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੈ ਹਿੰਦ ਜ਼ੋਰਦਾਰ